ਉਹ ਲੀਵ 4 ਸਟੋਕ 7000 ਤੋਂ ਸਟਾਰਟ ਹੋ ਜਾਂਦੀ ਹੈ ਜੀ ਜੀ। 7000 ਤੋਂ ਸਟਾਰਟ ਹੋ ਕੇ 15000 13000 12000 10000 ਆਪਣੇ ਕੋਲ 40 ਮਾਡਲ ਪਏ ਆ। ਅਸੀਂ ਢੋਲੀ ਦਿੰਦੇ ਹਾਂ ਇਹਨੂੰ, ਦੱਸ ਦਿੰਦੇ ਵੀ ਇਹਦੇ ਵਿੱਚ ਆਹ ਪੁਰਜਾ ਬਈ, ਇਹ ਇਹਦੀ ਇੰਨੇ ਚਿਰ ਦੀ ਲਾਈਫ ਹੈ। ਜਦੋਂ ਫਾਰਮਰ ਪੈਸੇ ਲਾਉਂਦਾ ਹੈ ਜੀ, ਪਰ ਉਹਨੂੰ ਫਰਕ ਪਤਾ ਹੋਵੇ ਤਾਂ ਲਾਉਂਦਾ ਹੈ। ਹੁਣ ਬਾਜ਼ਾਰ 'ਚ ਕੀ ਹੈ, ਕਿਸੇ ਕੋਲ 2 ਪੀਸ ਪਏ ਆ, ਕਿਸੇ ਕੋਲ 3 ਪੀਸ ਪਏ ਆ, ਉਹ ਐਕਸਪਲੇਨ ਨਹੀਂ ਕਰ ਪਾਉਂਦਾ ਵੀ ਚੰਗੀ ਮਾੜੀ ਦਾ ਕੀ ਹੈ। ਉਹਦੇ ਕੋਲ ਉਹ 2-3 ਪੀਸ ਪਏ ਆ, ਉਹਨੂੰ ਇੱਕ ਨੂੰ ਕਹਿੰਦਾ ਮਾੜਾ ਜੀ, ਇੱਕ ਨੂੰ ਕਹਿੰਦਾ ਚੰਗਾ ਜੀ, ਤੇ ਨਾ ਹੀ ਆਪਣੇ ਨਾਂ ਦਾ ਕੋਈ ਮਾਰਕ ਹੈ। ਜਿਵੇਂ ਬਾਜ਼ਾਰ 'ਚ ਕੀ ਕਰਦੇ ਆ, ਜਿਹਦਾ ਨਾਂ ਚੱਲ ਜਾਂਦਾ ਥੋੜ੍ਹਾ ਜਿਹਾ, ਉਹ ਆਪਦਾ ਮਾਰਕਾ 'ਚ ਪੈ ਜਾਂਦਾ। ਆਪਣੇ ਕੋਲ ਜਿਹੜੀ ਕੰਪਨੀ ਦੀ ਢੋਲੀ ਲਾਉਂਗੇ ਤੁਹਾਨੂੰ ਆਲ ਇੰਡੀਆ 'ਚੋਂ ਮਿਲੂਗੀ। ਪਹਿਲਾਂ ਤਾਂ ਸਰ ਹੁਣ ਵੱਡੀ ਗੱਲ ਇਹ ਹੈ ਜੀ, ਜਿੰਨੀ ਆਪਣੀ ਦੁਕਾਨ ਦੇ ਉੱਤੇ ਮਸ਼ੀਨਰੀ ਪਈ ਹੈ ਜੀ, ਕੋਈ ਸਪਰੇਅ ਪੰਪ ਹੈ, ਟਰੈਕਟਰ ਵਾਲਾ, ਬੈਟਰੀ ਵਾਲਾ, ਲੱਕੜ ਵੱਢਣ ਵਾਲੀ ਆ ਰਹੀ ਹੈ, ਚੈਨਸ ਹੈ, ਜਿਗਸਾ ਮਸ਼ੀਨ ਹੈ, ਉਹਦਾ ਕੁੱਲ ਪਾਰਟਸ ਆਪਣੇ ਕੋਲ ਅੱਜ ਹੀ ਹੈ। ਇਹ ਨਹੀਂ ਗੱਲ ਵੀ ਫਾਰਮਰ ਨੇ ਹੁਣ ਆਹ ਭਾਜੀ ਖੜੇ ਹੈ, ਇਹ ਸਾਡੇ ਨਾਲ ਬਹੁਤ ਚਿਰ ਤੋਂ ਅਟੈਚਮੈਂਟ ਨੇ, ਕਮ ਸੇ ਕਮ 10 ਸਾਲ ਹੋ ਗਏ ਇਹਨਾਂ ਨੂੰ ਸਾਡੇ ਨਾਲ ਅਟੈਚਮੈਂਟ ਨੂੰ। ਇਹ ਹੁਣ ਅੱਜ ਪੰਪ ਲੈਣੇ ਇਹਨਾਂ ਦੇ ਪਿੰਡ 'ਚ, ਇਹ ਕਹਿੰਦੇ ਵੀ ਜੱਗੂ ਕੋਲ ਚੱਲਦੇ ਆ, ਇਹ ਨਾਲ ਆ ਪਾਉਂਦੇ ਆ ਭਾਜੀ ਜੀ। ਸਾਰਿਆਂ ਨਾਲੋਂ ਵੱਡੀ ਗੱਲ ਜੀ ਇਮਾਨਦਾਰੀ ਦੀ ਹੈ, ਸਾਰਿਆਂ ਨਾਲੋਂ ਵੱਡਾ ਵੱਡਾ ਵਿਸ਼ਵਾਸ ਹੈ ਜੀ। ਅਸੀਂ ਫਾਰਮਰ ਨੂੰ ਕੋਈ ਵੀ ਚੀਜ਼ ਦਿੰਦੇ ਹਾਂ, ਪਹਿਲਾਂ ਉਹਨੂੰ ਆਹ ਦੱਸਣਾ ਵੀ ਇਹਦੇ ਵਿੱਚ ਜਿਹੜਾ ਤੁਸੀਂ ਪੰਪ ਲੈ ਰਹੇ ਹੋ ਇਹਦੇ ਵਿੱਚ ਕਿਆ ਚੀਜ਼ ਹੈ। ਮਿੱਤਰੋ ਕੀ ਹਾਲ ਚਾਲ ਆ, ਮੌੜ ਮੰਡੀ ਜੱਗੂ ਦੀ ਦੁਕਾਨ, ਤੁਸੀਂ ਜਾਣਦੇ ਹੀ ਹੋ ਬਾਈ ਦਾ ਨਾਂ। ਨਾਂ ਕਿਉਂ ਬਣਿਆ, ਕਿਉਂਕਿ ਪਹਿਲਾਂ ਮੈਂ ਤੁਹਾਨੂੰ ਦੱਸਦਾ ਨਾ, ਐਗਰੀਕਲਚਰ ਸੰਬੰਧ ਤੁਸੀਂ ਕੋਈ ਵੀ ਚੀਜ਼ ਲੈਣੀ ਆ ਕੋਈ ਚੀਜ਼ ਦੀ ਬਾਹਰ ਨਾਲੋਂ, ਬਾਈ ਕੋਲ ਕੀ ਫਰਕ ਆ, ਬਾਈ ਕੋਲ ਜ਼ਿਆਦਾ ਕਹਿ ਦਈਏ ਕਸਟਮਰ ਡਿਮਾਂਡ ਕਿਉਂ ਕਰਦਾ, ਬਾਈ ਜੱਗੂ ਕੋਲ ਕਿਉਂ ਆਉਂਦਾ ਮੌੜ ਮੰਡੀ ਦੇ ਵਿੱਚ। ਇਹ ਵੀ ਦੱਸਦਾ ਮੈਂ 75 ਨੰਬਰ ਦੁਕਾਨ ਆ, ਸਾਰਾ ਐਡਰੈਸ ਕੀ ਇਹ ਵੀ ਪੁਛਾਊਂਗਾ, ਪਰ ਬਾਹਰਲੇ ਜ਼ਿਆਦਾ ਜੱਗੂ ਬਾਈ ਨੂੰ ਬਾਕੀਆਂ ਨਾਲੋਂ ਜ਼ਿਆਦਾ ਕਹਿ ਦਈਏ ਪ੍ਰੈਫਰੈਂਸ ਕਿਉਂ ਦਿੰਦੇ, ਜ਼ਿਆਦਾ ਬਾਈ ਨੂੰ ਪ੍ਰੈਫਰ ਕਿਉਂ ਕਰਦੇ ਆ, ਹਰੇਕ ਕਿਉਂ ਕਹਿੰਦਾ ਵੀ ਉੱਥੇ ਜਾਇਓ ਬਾਈ ਜੱਗੂ ਕੋਲ ਜਾਇਓ, ਬਾਈ ਜੱਗੂ ਕੋਲ ਚੀਜ਼ ਚੰਗੀ ਆ ਜਾਂ ਬਾਹਰ ਨਾਲੋਂ ਸਸਤੀ ਆ ਜਾਂ ਕੀ ਫਰਕ ਆ, ਆਪਾਂ ਬਾਈ ਨੂੰ ਹੀ ਪੁੱਛਾਂਗੇ। ਬਾਈ ਕੋਲ ਚੱਲਦੇ ਹਾਂ, ਬਾਈ ਅੰਦਰ ਆ, ਸਾਰੀ ਗੱਲਬਾਤ ਕਰਾਂਗੇ ਬਈ ਕੀ ਫਰਕ ਆ ਬਾਹਰ ਨਾਲੋਂ, ਇੱਥੇ ਜ਼ਿਆਦਾ ਕਸਟਮਰ ਕਿਉਂ ਆਉਂਦਾ ਅਤੇ ਚੀਜ਼ ਚੰਗੀ ਮਾੜੀ ਬਾਹਰ ਨਾਲੋਂ ਕੀ ਫਰਕ ਆ, ਸਾਰਾ ਪੁੱਛਦੇ ਹਾਂ, ਆ ਜਾਓ ਅੰਦਰ ਕਰਦੇ ਹਾਂ ਗੱਲਬਾਤ। ਲਓ ਜੀ, ਦੱਸਣ ਦੀ ਲੋੜ ਨਹੀਂ, ਪਰ ਤੁਹਾਨੂੰ ਪਤਾ ਹੀ ਹੈ ਜੱਗੂ ਅੰਕਲ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਜੀ ਤੁਹਾਡੇ ਸਾਰੇ ਸਰੋਤਿਆਂ ਦਾ ਜੀ, ਬਹੁਤ ਤਹਿ ਦਿਲੋਂ ਧੰਨਵਾਦ ਜੀ। ਸਿਹਤਾਂ ਕਿਵੇਂ ਕਹਿ? ਬਹੁਤ ਵਧੀਆ, ਮੇਰਾ ਜੀ ਕਿਰਪਾ ਤੁਹਾਡੀ। ਮੈਂ ਕਿਹਾ ਜੀ ਆਪਾਂ ਗੱਲ ਮੈਂ ਇੱਥੋਂ ਹੀ ਸ਼ੁਰੂ ਕਰੂੰਗਾ ਜੀ ਸਰ। ਕਹਿੰਦੇ 75 ਨੰਬਰ ਦੁਕਾਨ ਮੌੜ ਮੰਡੀ 'ਚ। ਹਾਂਜੀ ਹਾਂਜੀ ਸਰ। ਵੀ ਜਿਹੜਾ ਬੰਦਾ ਕਹਿੰਦਾ ਐਗਰੀਕਲਚਰ ਦਾ ਆਸ ਜਾਂ ਢੋਲੀ ਲੈਣੀ ਜਾਂ ਹੋਰ ਸਮਾਨ ਲੈਣਾ, ਅਗਲਾ ਕਹਿੰਦਾ ਯਾਰ ਬਾਈ ਜੱਗੂ ਕੋਲੇ ਜਾ ਜੀ ਜੀ। ਵੀ ਕੀ ਗੱਲ, ਮੌੜ ਮੰਡੀ ਦਾ ਛੱਡੋ, ਪੰਜਾਬ 'ਚ ਹੋਰ ਵੀ ਆ ਦੁਕਾਨਾਂ, ਵੀ ਜੱਗੂ ਨਾਂ ਹੈ ਜਿਹੜਾ, ਹਾਂਜੀ ਹਾਂਜੀ, ਉਹ ਇੰਨਾ ਉੱਤੇ ਉੱਭਰ ਕੇ ਕਿਉਂ ਆਇਆ ਜੀ? ਕਿ ਜੱਗੂ ਬਾਹਰ ਨਾਲੋਂ ਜੀ ਸਸਤਾ ਸਮਾਨ ਤਾਂ ਨਹੀਂ ਦਿੰਦਾ? ਨਾ ਨਾ, ਠੀਕ ਹੈ ਜੀ। ਕੀ ਜੱਗੂ ਬਾਹਰ ਨਾਲੋਂ ਜੀ ਊਚ ਨੀਚ ਕਰਕੇ ਤਾਂ ਨਹੀਂ ਚੀਜ਼ ਕਰ ਰਿਹਾ? ਠੀਕ ਹੈ। ਇਹ ਜਿਹੜਾ ਜੱਗੂ ਮੂਹਰੇ ਨਾਮ ਆਇਆ, ਠੀਕ ਹੈ, ਕਿਉਂ ਆਇਆ, ਕਿਉਂ ਅੱਗਾ ਕਹਿੰਦਾ ਵੀ ਬਾਈ ਜੱਗੂ ਕੋਲ ਹੀ ਜਾਣਾ? ਠੀਕ ਹੈ ਜੀ। ਪਹਿਲਾਂ ਤਾਂ ਸਰ ਹੁਣ ਵੱਡੀ ਗੱਲ ਇਹ ਹੈ ਜੀ, ਜਿੰਨੀ ਆਪਣੀ ਦੁਕਾਨ ਦੇ ਉੱਤੇ ਮਸ਼ੀਨਰੀ ਪਈ ਹੈ ਜੀ, ਕੋਈ ਸਪਰੇਅ ਪੰਪ ਹੈ, ਟਰੈਕਟਰ ਵਾਲਾ, ਬੈਟਰੀ ਵਾਲਾ, ਲੱਕੜ ਵੱਢਣ ਵਾਲੀ ਆ ਰਹੀ ਹੈ, ਚੈਨਸ ਹੈ, ਜਿਗਸਾ ਮਸ਼ੀਨ ਹੈ, ਉਹਦਾ ਕੁੱਲ ਪਾਰਟਸ ਆਪਣੇ ਕੋਲ ਅੱਜ ਹੀ ਹੈ। ਇਹ ਨਹੀਂ ਗੱਲ ਵੀ ਫਾਰਮਰ ਨੇ ਹੁਣ ਆਹ ਭਾਜੀ ਖੜੇ ਹੈ, ਇਹ ਸਾਡੇ ਨਾਲ ਬਹੁਤ ਚਿਰ ਤੋਂ ਅਟੈਚਮੈਂਟ ਨੇ, ਕਮ ਸੇ ਕਮ 10 ਸਾਲ ਹੋ ਗਏ ਇਹਨਾਂ ਨੂੰ ਸਾਡੇ ਨਾਲ ਅਟੈਚਮੈਂਟ ਨੂੰ। ਇਹ ਹੁਣ ਅੱਜ ਪੰਪ ਲੈਣੇ ਇਹਨਾਂ ਦੇ ਪਿੰਡ 'ਚ, ਇਹ ਕਹਿੰਦੇ ਵੀ ਜੱਗੂ ਕੋਲ ਚੱਲਦੇ ਆ, ਇਹ ਨਾਲ ਆ ਪਾਉਂਦੇ ਆ ਭਾਜੀ ਜੀ। ਸਾਰਿਆਂ ਨਾਲੋਂ ਵੱਡੀ ਗੱਲ ਜੀ ਇਮਾਨਦਾਰੀ ਦੀ ਹੈ, ਸਾਰਿਆਂ ਨਾਲੋਂ ਵੱਡਾ ਵੱਡਾ ਵਿਸ਼ਵਾਸ ਹੈ ਜੀ। ਅਸੀਂ ਫਾਰਮਰ ਨੂੰ ਕੋਈ ਵੀ ਚੀਜ਼ ਦਿੰਦੇ ਹਾਂ, ਪਹਿਲਾਂ ਉਹਨੂੰ ਆਹ ਦੱਸਣਾ ਵੀ ਇਹਦੇ ਵਿੱਚ ਜਿਹੜਾ ਤੁਸੀਂ ਪੰਪ ਲੈ ਰਹੇ ਹੋ ਇਹਦੇ ਵਿੱਚ ਕਿਆ ਚੀਜ਼ ਹੈ।
ਠੀਕ ਹੈ ਟਾਈਮ ਕਿਹਾ ਸੀ 15 ਦਿਨ ਮਹੀਨਾ, ਅਸੀਂ ਇਹਨਾਂ ਨੂੰ 2 ਮਹੀਨੇ 3 ਮਹੀਨੇ ਜੋ ਵੀ ਟਾਈਮ ਲੱਗਿਆ ਇਹਦੇ ਕੰਮ ਚ ਬਿਜੀ ਹੋ ਗਏ ਜੀ। ਇਹਨਾਂ ਦੇ ਐਂ ਹੋ ਗਿਆ ਵੀ ਜਦੋਂ ਜਾਵਾਂਗੇ ਮੋੜ ਦੇ ਆਵਾਂਗੇ, ਇਹਨਾਂ ਦਾ ਏਰੀਆ ਥੋੜਾ ਸਾਈਡ ਤੇ ਰਹਿ ਜਾਂਦਾ। ਪਰ ਇਹ ਜਿੱਦਣ ਆਏ ਕਹਿੰਦੇ ਤੂੰ ਜੱਗੂ ਮੈਨੂੰ ਘੰਟੀ ਨੀ ਮਾਰੀ, ਮੈਂ ਕਿਹਾ ਤੁਸੀਂ ਕਿਤੇ ਲੈ ਕੇ ਭੱਜਣ ਲੱਗੇ ਸੀ? ਕਹਿੰਦਾ ਮਤਲਬ ਵੀ ਅਸੀਂ ਫਾਰਮਰ ਦੇ ਨਾਲ ਹੀ ਵਿਸ਼ਵਾਸ ਬਣਾਇਆ ਫਾਰਮਰ। ਬਾਕੀ ਇਹਨਾਂ ਨੂੰ ਪੁੱਛੋ ਤੁਸੀਂ ਆਹ ਪੰਪ ਅੱਜ ਰਿਸ਼ਤੇਦਾਰੀ ਦਵਾਉਣਾ ਹੈ ਟੋਲੀ ਪਈ ਇਹਦੇ ਵਿੱਚ ਮੈਂ ਤੁਹਾਨੂੰ ਪੁੱਛਾਂ ਮਾਰਕੀਟ ਦੇ ਵਿੱਚ ਵੀ ਢੋਲੀਆਂ ਨੇ, ਤੁਸੀਂ ਗਾਂਹ ਵਾਲੇ ਕਸਟਮਰ ਨੂੰ ਕਿਹੜੀ ਗੱਲੋਂ ਕਹੋਗੇ ਵੀ ਸਾਡੇ ਕੋਲ ਆਓ ਤੁਹਾਨੂੰ ਆਹ ਚੀਜ਼ ਐਂ ਕਰਕੇ ਭਾਈ ਚੰਗੀ ਮਿਲੂਗੀ? ਢੋਲੀ 4 ਸਟੋਕ 7000 ਤੋਂ ਸਟਾਰਟ ਹੋ ਜਾਂਦੀ ਹੈ ਜੀ। ਜੀ 7000 ਤੋਂ ਸਟਾਰਟ ਹੋ ਕੇ 15000 13000 12000 10000 ਆਪਣੇ ਕੋਲ 40 ਮਾਡਲ ਪਏ ਆ। ਅਸੀਂ ਢੋਲੀ ਦਿੰਦੇ ਹਾਂ ਇਹਨੂੰ, ਦੱਸ ਦਿੰਦੇ ਹਾਂ ਵੀ ਇਹਦੇ ਵਿੱਚ ਆਹ ਪੁਰਜਾ ਬਈ, ਇਹਦੀ ਇੰਨੇ ਚਿਰ ਦੀ ਲਾਈਫ ਹੈ। ਜਦੋਂ ਫਾਰਮਰ ਪੈਸੇ ਲਾਉਂਦਾ ਹੈ ਪਰ ਉਹਨੂੰ ਫਰਕ ਪਤਾ ਹੋਵੇ ਤਾਂ ਲਾਉਂਦਾ ਹੈ। ਹੁਣ ਬਾਜ਼ਾਰ 'ਚ ਕੀ ਹੈ, ਕਿਸੇ ਕੋਲ 2 ਪੀਸ ਪਏ ਆ, ਕਿਸੇ ਕੋਲ 3 ਪੀਸ ਪਏ ਆ, ਉਹ ਐਕਸਪਲੇਨ ਨਹੀਂ ਕਰ ਪਾਉਂਦਾ ਵੀ ਚੰਗੀ ਮਾੜੀ ਦਾ ਕੀ ਹੈ। ਉਹਦੇ ਕੋਲ ਉਹ 2-3 ਪੀਸ ਪਏ ਆ, ਉਹਨੂੰ ਇੱਕ ਨੂੰ ਕਹਿੰਦਾ ਮਾੜਾ ਜੀ, ਇੱਕ ਨੂੰ ਕਹਿੰਦਾ ਚੰਗਾ ਜੀ, ਤੇ ਨਾ ਹੀ ਆਪਣੇ ਨਾਂ ਦਾ ਕੋਈ ਮਾਰਕ ਹੈ। ਜਿਵੇਂ ਬਾਜ਼ਾਰ 'ਚ ਕੀ ਕਰਦੇ ਆ, ਜਿਹਦਾ ਨਾਂ ਚੱਲ ਜਾਂਦਾ ਥੋੜ੍ਹਾ ਜਿਹਾ ਉਹ ਆਪਦਾ ਮਾਰਕਾ 'ਚ ਪੈ ਜਾਂਦਾ। ਆਪਣੇ ਕੋਲ ਜਿਹੜੀ ਕੰਪਨੀ ਦੀ ਢੋਲੀ ਲਾਉਂਗੇ ਤੁਹਾਨੂੰ ਆਲ ਇੰਡੀਆ 'ਚੋਂ ਮਿਲੂਗੀ। ਕਲਸੀ ਦੇ ਆਪਾਂ ਡਿਸਟ੍ਰੀਬਿਊਟਰ ਆ, ਤੁਹਾਨੂੰ ਆਲ ਇੰਡੀਆ 'ਚੋਂ ਪੰਪ ਮਿਲੂ। ਉਹ ਆ ਨਹੀਂ ਵੀ ਮੇਰਾ ਲੇਵਲ ਲੱਗਿਆ ਜੀ ਤਾਂ ਮੇਰੇ ਤੋਂ ਹੀ ਮਿਲਣੀ ਹੈ, ਹੋਰ ਤੋਂ ਮਿਲਣੀ ਨਹੀਂ। ਆਪਣੀ ਢੋਲੀ ਤੁਹਾਨੂੰ ਆਲ ਇੰਡੀਆ 'ਚ ਤਾਂ ਬਾਹਰੋਂ ਵੀ ਤਸੱਲੀ ਬੰਦਾ ਕਰ ਸਕਦਾ। ਹਾਂ ਕਰ ਸਕਦਾ ਹੈ, ਫੇਰ ਚਾਹੇ ਜੱਗੂ ਅੰਕਲ ਕੋਲੇ ਆ ਜਾ। ਬਸ 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 ਗੱਲ ਇਹ ਹੈ, ਇਹਦੇ 'ਚ ਹੋਰ ਆਈ ਮੈਂ ਢੋਲੀ ਲੈ ਲਈ ਅੱਜ ਜੀ, ਇਹ 'ਚ ਕੱਲ ਨੂੰ ਖਰਾਬੀ ਆ ਗਈ। ਕੁੱਲ ਪਾਰਟਸ ਆ ਜੀ, ਕੁੱਲ ਰਿਪੇਅਰਿੰਗ ਹੈ, ਕੁੱਲ ਮੈਂ ਅਸੀਂ ਫਾਰਮਰ ਨੂੰ ਇੱਕੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ, ਸਪਰੇਅ ਵਾਲਾ ਪੰਪ ਤੁਸੀਂ ਕੋਈ ਲੈ ਲਓ, ਸਪਰੇਅ ਕਰਨ ਤੋਂ ਬਾਅਦ 5 ਲੀਟਰ ਤਾਜ਼ਾ ਪਾਣੀ ਲਾਜ਼ਮੀ ਕੱਢੋ। ਇੱਕ ਜਦੋਂ ਤੁਸੀਂ ਉਹਨੂੰ ਮਹੀਨਾ ਕੰਮ ਨਹੀਂ ਲੈਣਾ ਤਾਂ ਉਹਦਾ ਤੇਲ ਕੱਢ ਕੇ ਸੂਟਾਂ ਮਰਾ ਦਿਓ। ਉਹ ਜੇ ਤੇਲ ਰੱਖਦੇ ਆ ਤਾਂ ਉਹ ਕਾਰਬੇਟਰ ਓਵਰ ਹੋਣ ਲੱਗ ਜਾਂਦਾ, ਕਿੱਕਾਂ ਵੱਧ ਮਰਾਉਣ ਲੱਗ ਜਾਂਦਾ, ਲਾਸਟ 'ਤੇ ਉਹ ਕਾਰਬੇਟਰ ਸਲੰਸਰ 'ਚੋਂ ਤੇਲ ਕੱਢਣ ਲੱਗ ਜਾਂਦਾ, ਪਾਣੀ ਕੱਢ ਦਿਓਗੇ ਪੰਪ ਨਹੀਂ ਖਰਾਬ ਹੁੰਦਾ। ਆਹ 2 ਕੰਮ ਕਰੀ ਚੱਲੋ, ਮੇਰੀ ਫਾਰਮਰਾਂ ਨੂੰ ਜੋੜ ਕੇ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਮੌਜਾਂ ਹੀ ਕਰੋਗੇ ਬਈ, ਇਹ ਤੁਸੀਂ ਵੀ ਗੱਲਾਂ ਦਾ ਧਿਆਨ ਰੱਖਿਓ। ਹਾਂ ਬਸ ਫਾਰਮਰ ਨੂੰ ਅਸੀਂ ਇੱਕੋ ਵਾਰ ਹੀ ਕਹਿੰਦੇ, ਦੋਹਾਂ ਵੀ ਭਾਜੀ ਨੂੰ ਦਿੱਤਾ ਪੰਪ, ਉਹਨਾਂ ਨੂੰ ਇਹੀ ਗੱਲ ਆਖੀ ਆ ਵੀ ਸਪਰੇ ਕਰਨ ਤੋਂ ਬਾਅਦ 5 ਲੀਟਰ ਪਾਣੀ ਕੱਢਣਾ ਤਾਜ਼ਾ, ਇੱਕ ਜਦੋਂ ਮਹੀਨਾ ਵਰਤਣੀ ਉਦੋਂ ਤੇਲ ਕੱਢ ਕੇ ਸੂਟਾਂ ਮਰਾ ਦਿਓ। ਬਾਕੀ ਕਾਰ ਵਾਸ਼ਰਾਂ ਦੀ ਰੇਂਜ ਆ ਭਾਜੀ ਜੀ, ਕਾਰ ਵਾਸ਼ਰ ਆਪਣੇ ਕੋਲ 3500 ਤੋਂ ਸਟਾਰਟ ਹੋ ਜਾਂਦਾ ਹੈ, 3500 ਤੋਂ 9000 ਤੱਕ ਕਾਰ ਵਾਸ਼ਰ ਪਿਆ। ਅਗਲਾ ਕਹੇ ਸੀ ਜੱਗੂ ਚੀਜ਼ ਲੈਣੀ ਹੈ ਕੜਾਕੇਦਾਰ, ਕੜਾਕੇਦਾਰ ਹੀ ਮਿਲੂਗੀ ਇਹ ਨਹੀਂ। ਮੰਨ ਕੇ ਚੱਲੋ ਐਂ ਕਹਿ ਦੇ ਅਗਲਾ ਜੀ, ਤੁਹਾਡੇ ਤੋਂ ਢੋਲੀ ਮੈਂ ਮਾਨ ਮੈਂ ਨਹੀਂ ਲਈ ਜੀ ਜੀ, ਮੇਰੀ ਬਾਹਰੋਂ ਲਈ ਹੈ ਜੀ ਜੀ, ਉਹਦੀ ਰਿਪੇਅਰ ਬਾਹਰੋਂ ਹੋ ਉਹ ਕੁੱਲ ਜੀ ਆਪਣੇ ਕੋਲ 5 ਮੁੰਡੇ ਨੇ ਜੀ, ਆਹ ਦੇਖੋ ਹੁਣ ਆਹ ਚੈਨ ਸਾਰ ਰਿਪੇਅਰ ਕਰੀ ਜਾਂਦਾ ਮੁੰਡਾ ਜੀ, ਇਹਨੇ ਕਿਤੋਂ ਹੋਰ ਲਿੱਤੀ ਆ,
ਇਹ ਮਕਸਦ ਨਹੀਂ ਵੀ ਜੇ ਮੇਰੇ ਤੋਂ ਲਿੱਤੀ ਹੈ ਮੈਂ ਹੀ ਰਿਪੇਅਰ ਕਰੂੰਗਾ। ਕਈ ਵਾਰੀ ਨਾ 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 ਨਾ, ਬੜੀ ਵਾਹਿਗੁਰੂ ਦੀ ਕਿਰਪਾ ਜੀ, ਆਹ ਬੈਟਰੀਆਂ ਪਈਆਂ ਡੇਲੀ ਦੀ 15-20 ਬੈਟਰੀ ਚੇਂਜ ਕਰਦੇ ਆ ਸਾਰਾ ਦਿਨ, ਉਹ ਦੇਖੋ ਬਾਹਰ ਮਜਮਾ ਲੱਗਿਆ ਹੀ ਰਹਿੰਦਾ। ਤੁਸੀਂ ਤਾਂ ਕਾਊਂਟਰ ਰਿਪੇਅਰਿੰਗ ਦਾ ਹੈ? ਹਾਂ ਰਿਪੇਅਰਿੰਗ ਦਾ ਜੀ। ਜੇ ਬਾਹਰੋਂ ਚੀਜ਼ ਲਈ ਹੈ ਕਿਤੋਂ ਲਿੱਤੀ ਹੈ ਜੀ, ਕੋਈ ਗੱਲ ਨਹੀਂ ਆ ਸਕਦੇ। ਹਾਂ ਜਦੋਂ ਮਰਜ਼ੀ, ਮੋਸਟ ਵੈਲਕਮ ਆ ਜੱਗੂ ਦੀ ਲਈ, ਜਦੋਂ ਮਰਜ਼ੀ ਤੁਸੀਂ, ਤੁਹਾਡੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਆ, ਜਦੋਂ ਮਰਜ਼ੀ ਆਓ। ਆਪਾਂ ਫਿਰ ਐਡਰੈਸ ਜਿਹੜਾ ਸਹੀ ਹੈ ਉਹ ਦੱਸਿਓ ਕਿੱਥੇ ਹੈਗੇ। ਇਹ ਬੋਲਵਾਲਾ ਚੌਂਕ ਜੀ ਜੀ, ਅਬਲੀ ਦਾ ਤੁਸੀਂ ਮੌਲ ਮੰਡੀ 'ਚ ਕਿਤੇ ਖੜ ਕੇ ਕਦੋਂ ਜੱਗੂ ਦੀ ਦੁਕਾਨ 'ਤੇ ਜਾਣਾ ਜੀ? ਅਸੀਂ ਪੁੱਛ ਕੇ ਹੀ ਆਏ ਅਤੇ 75 ਨੰਬਰ ਦੁਕਾਨ ਆ ਜੀ, ਦਾਲਾਂ ਮੰਡੀ ਪੁਰਾਣੀ 'ਚ ਦੁਕਾਨ ਹੈ ਆਪਣੀ, 75 ਨੰਬਰ, ਠੀਕ ਹੈ, ਜੱਗੂ ਦੀ ਦੁਕਾਨ, ਸਭ ਨੂੰ ਪਤਾ ਜੀ ਉਹ ਨੰਬਰ ਤਾਂ ਚਲੋ ਚੱਲੀ ਜਾਂਦਾ ਜੀ। ਜੀ ਜੀ, ਆਹ ਕਾਰ ਵਾਸ਼ਰ ਆ ਜੀ ਸਰ, ਇਹ ਤੁਸੀਂ ਕਿਹਾ ਵੀ ਆਪਣੇ ਤੋਂ ਕਿੰਨੇ ਤੋਂ ਸਟਾਰਟ ਹੋ ਜਾਂਦੇ ਆ? ਇਹ 3500 ਤੋਂ ਸਟਾਰਟ ਹੋ ਜਾਂਦਾ ਜੀ, ਆਪਣੇ ਕੋਲ 9000 ਤੱਕ ਪਿਆ ਜੀ, 9000 ਤੱਕ। ਉਦੋਂ ਬਾਅਦ ਟਰੈਕਟਰ ਵਾਲੇ ਸਪਰੇ ਪੰਪ ਆ ਗਏ ਜੀ, ਇਹ 30 ਨੰਬਰ ਪੰਪ ਤੋਂ ਸਟਾਰਟ ਹੋ ਜਾਂਦਾ ਜੀ। 30 ਨੰਬਰ ਤੋਂ ਸਟਾਰਟ, ਜੇ ਕਿਸੇ ਫਾਰਮਰ ਨੇ ਘਰੇ ਪਸ਼ੂਆਂ ਦੇ ਧੋਣ ਵਾਸਤੇ ਬਣਾਉਣਾ ਹੈ, ਇਹ ਇੱਕ ਦੀ ਮੋਟਰ ਤੇ ਵਧੀਆ ਚੱਲ ਪੈਂਦਾ ਹੈ। ਲਾਈਟ ਦਾ ਖਰਚਾ ਘੱਟ ਜੀ, ਕੁਆਲਿਟੀ ਟੌਪ, ਸਾਰਾ ਦਿਨ ਵਰਤੀ ਜਾਓ, ਤਰਾਈ ਕਰਨੀ ਹੈ ਮਕਾਨ ਪਾਈ ਜਾਂਦੇ ਹੋ, 30 ਨੰਬਰ ਪੰਪ ਲਾ ਦਿਓ, ਇੱਕ ਦੀ ਮੋਟਰ ਲਾ ਦਿਓ। ਆਪਾਂ ਇੱਕ ਦੀ ਮੋਟਰ ਲਾਉਂਦੇ ਹਾਂ ਕਰਾਪਟਨ ਦੀ, ਜਿਹਦੀ ਕੀਮਤ 6800 ਰੁਪਇਆ ਹੈ ਜੀ, 3800 ਦਾ ਪੰਪ ਆ ਜਾਂਦਾ, 12-13 ਹਜ਼ਾਰ 'ਚ ਕੰਪਲੀਟ ਸੈੱਟ ਬਣ ਜਾਂਦਾ। ਉਦੋਂ ਬਾਅਦ ਆ ਗਏ ਸਾਰੇ ਆਹ 50 ਨੰਬਰ ਪੰਪ, ਸਾਰਿਆਂ ਦੀ ਕੋਈ ਗਰੰਟੀ ਵਰੰਟੀ ਹੈਗੀ ਹੈ? ਜਿਹੜਾ ਟਰੈਕਟਰ ਵਾਲਾ ਪੰਪ ਹੈ ਜੀ, ਇਹ ਸਮਾਈ ਦਾ ਮੁੱਲ ਹੈ ਜੀ, ਇਹਦੀ ਗਰੰਟੀ ਨਹੀਂ ਆਉਂਦੀ, ਪਹਿਲਾਂ ਕਲੀਅਰ ਕਰੀਏ। ਹਾਂ, ਇਹਦਾ ਤੁਹਾਨੂੰ ਓਰੀਜਨਲ ਦੀ ਗਰੰਟੀ ਮਿਲੂਗੀ, ਜੇ ਤੁਹਾਨੂੰ ਵਿਕਟਰ ਦਾ ਕਹਿ ਕੇ ਦਿੱਤਾ ਤਾਂ ਉਹ ਵਿਕਟਰ ਦਾ ਹੋਊਗਾ ਓਰੀਜਨਲ, ਉਸ ਗੱਲ ਦੀ ਗਰੰਟੀ ਹੈ ਵੀ ਤੁਹਾਨੂੰ 10 ਸਾਲਾਂ ਤੱਕ ਵੀ ਕੋਈ ਆਏਗਾ ਤੇ ਵੀ ਡਾਊਟ ਲੱਗਦਾ ਆਪਾਂ ਫਿਰ ਵੀ ਬੈਠੇ। ਹਾਂ ਵੀ ਐਵੇਂ ਕਹੀ ਜਾਈਏ ਵੀ ਸਾਰਿਆਂ ਦੀ ਗਰੰਟੀ, ਨਾ 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 ਨਾ, ਟਰੈਕਟਰ ਵਾਲੇ ਪੰਪ ਦੀ ਓਰੀਜਨਲ ਦੀ ਗਰੰਟੀ, ਓਰੀਜਨਲ ਪੱਕਾ ਬਿੱਲ ਮਿਲੂਗਾ। ਹਾਂ, ਵਿਕਟਰ ਵਾਲਾ ਹੋਇਆ, ਐਸਪੀ ਦਾ ਹੋਇਆ, ਕੋਈ ਮਾਰਕੇ ਵਾਲਾ ਗਰੰਟੀ ਆ, ਕੋਈ ਲਾਉਂਗੇ ਉਹਦਾ ਓਰੀਜਨਲ ਕਹਿ ਕੇ ਦੇਵਾਂਗੇ ਤਾਂ ਓਰੀਜਨਲ ਹੀ ਮਿਲੂਗਾ ਆਪੇ। ਆ ਦੇਖੋ ਭਾਜੀ ਜੀ, ਤੁਹਾਡੇ ਸਾਹਮਣੇ ਆ ਦੇਖੋ, ਆ 80 ਨੰਬਰ ਪੰਪ ਆ ਗਏ ਜੀ ਜੀ, ਆ 120 ਨੰਬਰ ਆ ਗਿਆ, ਵੱਡਾ ਬੂਮ ਤੇ ਲਾਉਣਾ ਹੋਵੇ ਕਿਸੇ ਨੇ ਉਹ ਜਮਾ ਆਖਰਲਾ। ਹਾਂਜੀ ਹਾਂ, ਆਖਰਲਾ 120 ਨੰਬਰ ਪੰਪ ਆ ਗਿਆ, ਠੀਕ ਹੈ। ਉਦੋਂ ਜਿਵੇਂ ਆ ਪੰਪ ਦਾ ਸਪੇਅਰ ਪਾਰਟ ਆ ਗਿਆ ਭਾਜੀ, ਠੀਕ ਹੈ ਜੀ, ਆ ਕੁੱਲ ਸਪੇਅਰ ਪਾਰਟ ਆ ਤੁਹਾਡੇ ਸਾਹਮਣੇ ਚੁਣਿਆ ਪਿਆ ਜੀ, ਆ ਸਾਰੀ ਚੀਜ਼ ਤੁਹਾਡੇ ਮੂਹਰੇ ਪਈ ਹੋਈ ਆ, ਸਾਰਾ ਸਮਾਨ ਪਿਆ ਜੀ। ਦੂਜੀ ਗੱਲ, ਉਹ ਵੀ ਚੀਜ਼ ਜਿਹੜੀ ਤੁਹਾਡੇ ਘਰੇ ਪਈ ਆ ਖਰਾਬ ਆ, ਇਥੋਂ ਨਹੀਂ ਲਈ, ਉਹ ਵੀ ਆ ਦੇਖ ਲਓ। ਆ ਦੇਖੋ ਜੀ, ਆ ਜਿਵੇਂ ਐਸਪੀ ਦੇ ਸਾਰੀ ਰੇਂਜ ਆ ਗਈ ਜੀ, 30 ਨੰਬਰ, 50 ਨੰਬਰ, 80 ਨੰਬਰ, ਵਿਕਟਰ, ਬਿਟੋ, ਆ ਸਾਰੇ ਇਹ ਗਰੰਟੀ ਵਾਲੇ ਚ ਆ ਗਏ। ਹਾਂ, ਗਰੰਟੀ ਵਾਲੇ ਚ ਆ ਗਏ, ਇਹ ਅੱਖਾਂ ਮੀਚ ਕੇ ਚੀਜ਼ ਚਲਾਉਣ ਵਾਲੀ ਚੀਜ਼, ਅੱਖਾਂ ਮੀਚ ਕੇ, ਹਨਾ ਜੀ। ਬਾਕੀ ਜਾਂਦੇ ਉਹ ਵੀ ਕਿਤੇ ਨਹੀਂ, ਇਹ ਪਤਾ ਕੀ ਹੈ ਜੀ, ਫਾਰਮਰਾਂ ਦੇ ਵਿੱਚ ਵਿਸ਼ਵਾਸ ਬਣਾਇਆ ਹੋਇਆ ਐਸਪੀ ਨੇ ਤੇ ਵਿਕਟਰ ਨੇ ਜੀ, ਇਹਨਾਂ ਦਾ ਨਾਮ ਵਿਕਦਾ ਹੈ। ਪੰਪ ਸਾਰਿਆਂ ਨਾਲੋਂ ਪਹਿਲਾਂ ਇੱਕ ਨੰਬਰ ਤੇ ਹੈਗਾ ਜੀ ਵਿਕਟਰ, ਹਾਂਜੀ, ਟਰੈਕਟਰ ਵਾਲੇ ਸਪਰੇ ਪੰਪ 'ਚ। ਦੂਜੇ ਨੰਬਰ 'ਤੇ ਆਉਂਦਾ ਐਸਪੀ, ਐਸਪੀ ਤੋਂ ਬਾਅਦ ਫਿਰ ਤੀਜੇ ਨੰਬਰ 'ਤੇ ਸਾਰੇ ਆ ਗਏ, ਜਿੱਟਰ, ਪੀਟਰ, ਬਿਟੋ, ਸਪੀਡਵੇ, ਗੇਲ, ਵਾਧੂ ਬ੍ਰਾਂਡ ਹੈ ਆਪਣੇ ਕੋਲ, 40 ਬ੍ਰਾਂਡ ਹੈ ਜੀ। ਅਗਲਾ ਕਹੇ ਸਹੀ ਵੀ ਜੇ ਜੀ ਮਰਜ਼ੀ ਚੀਜ਼ ਲੈਣੀ ਹੈ, ਆਹ ਦੇਖੋ ਟਰੈਕਟਰ ਵਾਲੇ ਪੰਪ, ਬਿਟੋ ਦਾ ਆ ਗਿਆ, ਐਸਪੀ ਦਾ ਆ ਗਿਆ, ਆਹ ਸਾਰੀ ਲਾਈਨ ਲੱਗੀ ਪਈ ਹੈ ਜੀ। ਬਈ ਭਾਈ, ਜੇ ਕੋਈ ਅਣਜਾਣ ਬੰਦਾ ਆ ਗਿਆ, ਮੰਨ ਕੇ ਚੱਲੋ ਮੇਰੇ ਵਾਲਾ ਨੂੰ ਨਹੀਂ ਪਤਾ, ਉਹ ਕਹੇ ਬਸ 25 ਸਿਰਾਂ ਲੈਣੀ ਆ ਅੰਕਲ, ਮੈਨੂੰ ਸਿਰਾਂ ਚੀਜ਼ਾਂ ਹੱਥ ਦੇ ਦਿਓ, ਹਾਂ ਹਾਂ ਬਾਜੀ, ਤਾਂ ਉਹ ਤੁਹਾਡੇ ਤੇ ਬੰਦਾ ਗੱਲ ਛੱਡ ਕੇ ਆ ਸਕਦਾ? ਫਿਰ ਤਾਂ ਕੰਮ ਨਿਬੜ ਗਿਆ ਜੀ, ਆਪਾਂ ਫਿਰ ਇਹ ਗੱਲ ਬਣਦੀ ਆ ਜੀ, ਦੁਕਾਨਦਾਰੀ ਬਣਾਉਣੀ ਵੀ ਆਪਣੇ ਹੱਥ 'ਚ ਆ ਜੀ। ਫਾਰਮਰ ਅੱਜ ਦੇ ਟਾਈਮ ਪੈਸੇ ਲਾਉਣ ਨੂੰ ਤਿਆਰ ਹੈ, ਬਟ ਉਹਨੂੰ ਚੀਜ਼ ਚੰਗੀ ਮਿਲੇ, ਹਾਂਜੀ, ਠੀਕ ਹੈ ਨਾ ਜੀ। ਫਾਰਮਰ, ਮੈਂ ਨਹੀਂ ਕਹਿੰਦਾ ਵੀ ਮੈਂ ਫਾਰਮਰ ਚੀਪ ਹੈ, ਫਾਰਮਰ ਨੇ ਤਾਂ ਦੇਖੋ ਗਾਹਕ ਕੋਈ ਵੀ ਆਉਂਦਾ, ਉਹਨਾਂ ਦਾ ਕਿਰਸ ਕਰਨੀ ਹੈ, ਪਰ ਕਿਰਸ ਜੋ ਕਿਰਸ ਕੱਢ ਕੇ ਚੀਜ਼ ਚੰਗੀ ਦੇਣੀ, ਉਹ ਦੁਕਾਨਦਾਰੀ ਹੈ, ਉਹ ਜਿਹੜੀ ਗਾਈਡੈਂਸ ਜਿਹੜਾ ਸਹੀ ਕਰ ਗਿਆ ਫਿਰ ਜੱਗੂ ਜੱਗੂ। ਬਸ ਹਾਂ ਹਾਂ, ਬਸ ਇਹੀ ਜਿਹੀ ਗੱਲ ਮੁੰਡਾ ਜੀ। ਆਪਾਂ ਬਾਕੀ ਇਦਾਂ ਭਾਜੀ, ਮੈਂ 12 ਸਾਲ ਡਬੋਈ ਲਾਏ ਆ, ਬਹੁਤ ਲੇਬਰ ਕੀਤੀ ਆ, ਗਰੀਬੀ ਦੇਖੀ ਆ, ਗਰੀਬੀ ਚੋਂ ਉੱਭਰ ਕੇ ਉੱਤੇ ਆਏ ਆ ਜੀ। ਆਪਾਂ ਸਤਿਗੁਰੂ ਦਾ ਹਰ ਇੱਕ ਇੱਕ ਸਕਿੰਟ ਬਾਅਦ ਉਹਦਾ ਧੰਨਵਾਦ ਕਰਦੇ ਆ, ਮਾਲਕਾ ਤੂੰ ਬਹੁਤ ਵੱਡੀ ਛਾਂ ਤੇ ਬਿਠਾਤਾ, ਜਿੰਨਾ ਮੈਨੂੰ ਪੰਜਾਬ ਚੋਂ ਪਿਆਰ ਮਿਲਿਆ ਜੀ, ਓਨਾ ਮੈਨੂੰ ਕਿਤੋਂ ਨੀ ਪਿਆਰ ਮਿਲਿਆ।
ਸਹੀ ਹੈ। ਬਾਕੀ ਦੇਖੋ ਆਪਣੇ ਹਰਿਆਣਾ ਰਾਜਸਥਾਨ ਸਾਰੇ ਅਟੈਚਮੈਂਟ ਹੈ ਜੀ, MP UP ਤੱਕ ਵੀ ਗਾਹਕ ਆਉਂਦੇ ਆ ਜੀ, ਪਰ ਪੰਜਾਬ 'ਚ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ। ਮੈਂ ਵੀ ਕਹਿ ਨਹੀਂ ਸਕਦਾ, ਦਿਲੋਂ ਮੈਨੂੰ ਪਤਾ ਮੇਰਾ ਅੰਦਰ ਕੀ ਹੈ। ਹਾਂ, ਮੈਂ 0 ਤੋਂ ਮੀਟਰ ਸਟਾਰਟ ਕਰਿਆ ਸੀ, ਅੱਜ ਮਾਂ ਵਾਹਿਗੁਰੂ ਕਿਰਪਾ ਇੰਨੀ ਬੜੇ ਪਾ ਰਹੇ ਜੀ। ਬਈ ਜੇ ਆਪਾਂ ਉਹਨਾਂ ਦਾ ਫਾਇਦਾ ਕੀਤਾ ਆਉਣ ਵਾਲਿਆਂ, ਹਾਂ ਉਹਨਾਂ ਨੇ ਵੀ ਰੁਕਣਾ, ਇਹ ਤਾਂ ਨੈਚੁਰਲੀ ਹੈ ਜੀ। ਜਦੋਂ ਤੁਹਾਡਾ ਸਕਸੈਸਫੁਲ ਉੱਪਰ ਜਾਣ ਲੱਗ ਗਿਆ ਜੀ, ਥੋੜ੍ਹੀ ਚਰਚਾ ਹੋਣ ਲੱਗ ਗਈ, ਸਮਝ ਲਓ ਤੁਸੀਂ ਚੰਗਾ ਕੰਮ ਕਰੋਗੇ ਤਾਂ ਉੱਪਰ ਜਾਓਗੇ, ਉੱਪਰ ਜਾ ਰਹੇ। ਜੇ ਤੁਸੀਂ ਇੱਕ ਵਾਰ ਐਂ ਸੋਚ ਲਿਆ ਵੀ ਕਸਟਮਰ ਆ ਗਿਆ, ਵੱਢ ਦਿਓ, ਫਿਰ ਤੁਸੀਂ ਖਤਮ ਹੋ, ਖੇਡਾ ਖਤਮ ਹੈ। ਸਹੀ ਗੱਲ, ਹਾਂ ਖੇਡਾ ਖਤਮ ਹੈ ਜੀ। ਫਾਰਮਰ ਨੂੰ ਤੁਸੀਂ ਚੀਪ ਚੀਜ਼ ਉਹਨੂੰ ਚੰਗੀ ਕੁਆਲਿਟੀ ਦੇਣ ਦੀ ਕੋਸ਼ਿਸ਼ ਕਰੋਗੇ ਤਾਂ ਅੱਗੇ ਚੱਲੋਗੇ ਮਾਰਕੀਟ 'ਚ। ਹੁਣ ਅੱਜ ਦਾ ਟਾਈਮ ਪਤਾ ਕੀ ਹੈ ਜੀ, ਕੰਪੀਟੀਸ਼ਨ ਦਾ ਦੌਰ ਹੈ, ਹਾਂਜੀ, ਹਰ ਥਾਂ 'ਤੇ ਕੋਈ ਨਾ ਕੋਈ ਚੀਜ਼ ਪਈ ਹੈ। ਫਾਰਮਰ ਇਹ ਭਾਲਦਾ ਵੀ ਯਾਰ ਮੈਂ ਤੇਰੇ ਕੋਲ ਆਇਆ ਤਾਂ ਮੈਨੂੰ ਵਿਸ਼ਵਾਸ ਦੇ ਵਿੱਚ ਚੀਜ਼ ਦੇਈਂ, ਇਹ ਗੱਲ ਹੈ ਜੀ। ਬਸ ਆਪਾਂ ਇਸ ਗੱਲ ਨੂੰ ਕਹਿੰਦੇ ਹਾਂ ਵੀ ਆਪਾਂ ਚੀਜ਼ ਨਾ ਮਾੜੀ ਦਿਓ, ਫਾਰਮਰ ਪੈਸੇ ਲਾਊਗਾ, ਅਗਲਾ ਇਹ ਨਾ ਕਹੇ ਵੀ ਰਗੜੇ ਗਏ, ਨਾ 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 ਨਾ, ਫਿਰ ਤਾਂ ਗੱਡੀ ਚੱਲ ਨਹੀਂ। ਹਾਂ, ਲਾਈ ਰਾਸ ਆ ਗਏ। ਅਸੀਂ ਇੱਕ ਗੱਲ ਕਹਿੰਦੇ ਵੀ ਜੇ ਗਾਹਕ ਨੂੰ ਚੀਜ਼ ਲਿਜਾ ਕੇ ਉਹਦਾ ਅਰਕ ਮਿਲੂਗਾ ਤਾਂ ਆਪਣੇ ਕੋਲੇ ਆਊਗਾ, ਨਹੀਂ ਤਾਂ ਉਹ ਕੱਟ ਹੀ ਹੈ, ਨਹੀਂ ਤਾਂ ਗਿਆ, ਹਾਂ ਗਿਆ, ਕੱਟਿਆ ਗਿਆ। ਇੱਕ ਵਾਰੀ ਆਪਾਂ ਗੱਲੇ 'ਚ ਸੱਟ ਲਾਂਗੇ, ਸਹੀ ਹੈ ਨਾ? ਹਾਂ ਜੀ, ਹਾਂ। ਬਾਕੀ ਨੰਬਰ ਚੱਲਦਾ, ਦੁਕਾਨ ਤੁਹਾਨੂੰ ਦੱਸਤੀ ਹੈ, ਹਾਂਜੀ, ਜਦੋਂ ਮਰਜ਼ੀ ਮੋੜ ਮੰਡੀ 'ਚ ਪੁੱਛ ਕੇ ਆ ਜਾਓ ਬਾਈ ਜੱਗੂ ਬਾਈ ਦੀ ਦੁਕਾਨ ਕਿੱਥੇ ਹੈ, ਚਿਹਰਾ ਮੂੰਹ ਨਾਲ ਤੁਹਾਨੂੰ ਪਤਾ ਹੀ ਹੈ, ਆ ਜਾਓ। ਜੇ ਨਹੀਂ ਕੋਈ ਪਤਾ, ਜਮਾਂ ਊੜਾ ਆੜਾ ਹਜੇ ਕੁਛ ਵੀ ਨਹੀਂ ਮੇਰੇ ਅੱਗੇ ਨੂੰ ਹੁੰਦਾ, ਆਇਓ, ਪੈਸੇ ਲੈ ਕੇ ਆ ਜਾਓ, ਥੋੜੇ ਪੈਸਿਆਂ ਦੇ ਵਿੱਚ ਚੰਗੀ ਚੀਜ਼ ਨਾ ਸਾਰ ਦੇਣ। ਜੀ 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 ਜੀ, ਸਹੀ ਹੈ ਨਾ? ਅਤੇ ਧੰਨਵਾਦ ਆ ਜੀ ਤੁਹਾਡਾ, ਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਤੁਸੀਂ ਆਏ, ਬਹੁਤ ਬਹੁਤ ਧੰਨਵਾਦ, ਅਤੇ ਪਹੁੰਚੇ ਜ਼ਰੂਰ, ਧੰਨਵਾਦ, ਠੀਕ ਹੈ ਜੀ।